साथ बंदा सी ओ मेरे प्यो दे हूरे मुखियां तेरा प्यो मार मुखाया तकविंदर सिंह बांडी पंजाब पुलिस दा ठाणेदार इन दो दिन पहला वो दिहाड़ी वाला बंदा भी कुटिया रोज पी के डेली शराब ना रच के आ जांदा वा ते किसे दीआं धीआं भैणां नूं मखौल करने इहदा पेशा वा जिन्ना चिर पुलिस 302 दा परचा करदी नहीं असीं उन्ना चिर इत्थे बैठांगे इत्थे मरांगे ਤਿੱਬੜ ਪੁਲਿਸ ਮੁਰਦਾਬਾਦ 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 ਮੇਰਾ ਪਿਓ ਇੱਕ ਨੰਬਰ ਦਾ ਸਾਧ ਬੰਦਾ ਸੀ ਮੇਰਾ ਪਿਓ ਨੇ ਘਾਟ ਢਾਇਆ ਸੀ ਨਾਲੀ ਦੇ ਨਾਲ ਨਾਲ ਕਚਰਾ ਪਿਆ ਸੀ ਮੇਰਾ ਚਾਚਾ ਜੀ ਤੇ ਚਾਚਾ ਜੀ ਦਾ ਬੇਟਾ ਚੁੱਕਦੇ ਪਏ ਸੀ ਆਣ ਕੇ ਮੇਰੇ ਚਾਚੇ ਦੇ ਹੱਥੀ ਪੈ ਗਿਆ ਕਹਿੰਦਾ ਤੁਸੀਂ ਕੀ ਆ ਗੰਦ ਪਾਇਆ ਮੇਰੇ ਸਾਲੇ ਨੇ ਗੱਡੀ ਨੰਘਾਣੀ ਸੀ ਉਹਦੀ ਗੱਡੀ ਲੱਗ ਗਈ ਮੇਰਾ ਚਾਚਾ ਬਚਪਨ ਦਾ ਡਰਾਈਵਰ ਮੇਰੇ ਚਾਚੇ ਨੇ ਕਿਹਾ ਭਾਅ ਜੀ ਮੇਰੀਆਂ ਅੱਖਾਂ ਬੰਦ ਹੈ ਮੈਂ ਗੱਡੀ ਨੰਘਾ ਦਿੰਦਾ ਇੱਥੋਂ ਕਹਿੰਦਾ ਤੂੰ ਜ਼ਿਆਦਾ ਵੱਡਾ ਡਰਾਈਵਰ ਹੈ ਮੇਰੇ ਚਾਚੇ ਨੂੰ ਗੱਲ ਤੋਂ ਫੜ ਲਿਆ ਮੇਰਾ ਪਿਓ ਅੱਗੇ ਆਇਆ ਮੇਰੇ ਪਿਓ ਨੇ ਕਿਹਾ ਲਖਵਿੰਦਰ ਵੀਰੇ ਗਵਾਂਢ ਆ ਇੱਦਾਂ ਨਹੀਂ ਕਰੀਦਾ ਕੋਈ ਨਹੀਂ ਅਸੀਂ ਚੱਕ ਲੈਂਦੇ ਕਚਰਾ ਅੱਧਾ ਹੀ ਤੱਫਾ ਮਾਰਿਆ ਮੇਰੇ ਪਿਓ ਨੂੰ ਮੇਰੇ ਪਿਓ ਨੂੰ ਨਾਲ ਹੀ ਦੰਦਲ ਪੈ ਗਈ ਉਹ ਮੇਰੇ ਪਿਓ ਦੇ ਹੂਰੇ ਮੁਖੀਆਂ ਮੇਰਾ ਪਿਓ ਮਾਰ ਮੁਕਾਇਆ ਬਾਂਡੀ ਨੇ ਲਖਵਿੰਦਰ ਸਿੰਘ ਬਾਂਡੀ ਪੰਜਾਬ ਪੁਲਿਸ ਦਾ ਥਾਣੇਦਾਰ ਲੋਕਾਂ ਦੀਆਂ ਜਨਾਨੀਆਂ ਤੇ ਝੂਠੇ ਪਰਚੇ ਕਰਾਂਦਾ ਗੁਰਦੁਆਰੇ ਦਾ ਧੰਨ ਖਾਂਦਾ ਤੁਸੀਂ ਅੱਜ ਕੀ ਕੀਤਾ ਫਿਰ ਕਿਉਂ ਘਰ ਅੰਦਰ ਜਾ ਕੇ ਪਰਚੇ ਬੰਦੇ ਕੁੱਟਦਾ ਸਾਡਾ ਤਿੱਬੜ ਪੁਲਿਸ ਨੇ ਸਾਹਮਣੇ ਉਹ ਸਾਡੇ ਭਜਾਤਾ ਉਹਦੀ ਜਨਾਨੀ ਰਾਤੀ ਅਸੀਂ ਸਕਰਾਈ ਸੀ ਉਹਨੂੰ ਰੋਟੀ ਦੇਣ ਆਏ ਨਾਲ ਬਾਂਡੀ ਸੜਕ ਤੋਂ ਪੁਲਿਸ ਨੇ ਸਾਡੇ ਸਾਹਮਣੇ ਭਜਾਤਾ ਅਸੀਂ ਖੁਦ ਭੱਜ ਕੇ ਦੋ ਬੰਦੇ ਹਾਜ਼ਰ ਕੀਤੇ ਪੁਲਿਸ ਰਲ ਗਈ ਅਸੀਂ ਚਾਹੁੰਦੇ ਮੇਰੇ ਪਿਓ ਦਾ ਇਨਸਾਫ ਹੋਣਾ ਚਾਹੀਦਾ 302 ਲੱਗਣੀ ਚਾਹੀਦੀ ਆ ਅੱਜ ਸਾਡਾ ਘਰ ਉਜੜਿਆ ਕਿਸੇ ਹੋਰ ਦਾ ਨਾ ਉਜੜੇ ਮੇਰੀ ਮਾਂ ਰੰਡੀ ਕਰ ਗਿਆ ਮੇਰੇ ਪਿਓ ਦਾ ਨਾਂ ਸਰਦਾਰ ਮਸਤਾਨ ਸਿੰਘ ਬਾਂਡੀ ਦਾ ਨਾਂ ਲਖਵਿੰਦਰ ਸਿੰਘ ਬਾਂਡੀ ਪੰਜਾਬ ਪੁਲਿਸ ਦਾ ਥਾਣੇਦਾਰ ਸਰ ਇਹਨੇ ਬਹੁਤ ਜ਼ਿਆਦਾ ਕੇਸ ਚੱਲਦੇ ਪਏ ਮੇਰੇ ਪਿਓ ਦੀ ਵੀ ਇਨਕੁਆਇਰੀ ਕਰਾ ਲਓ ਇਹਦੀ ਵੀ ਕਰਾ ਲਓ ਮੇਰਾ ਪਿਓ ਦਿਨ ਵਿੱਚ ਸੁਖਮਨੀ ਸਾਹਿਬ ਦੇ ਪੰਜ ਪੰਜ ਮੇਰਾ ਜੀਜਾ ਗੋਤਪੋਕਰ ਤੋਂ ਮਸਤਾਨ ਸਿੰਘ ਇਹਨਾਂ ਦੋਵਾਂ ਬੰਦਿਆਂ ਨੇ ਦੋ ਬੰਦੇ ਅਤੇ ਇੱਕ ਬੀਬੀ ਜਿਹੜਾ ਪੁਲਿਸ ਦਾ ਮੁਲਾਜ਼ਮ ਹੀ ਲਖਵਿੰਦਰ ਸਿੰਘ ਬਾਂਟੀ ASI ਅਤੇ ਤੇਜਿੰਦਰ ਸਿੰਘ ਲਾਡੀ ਇਹ ਵੀ ਪੁਲਿਸ ਦਾ ਮੁਲਾਜ਼ਮ ਹੈ ਅਤੇ ਬਲਵਿੰਦਰ ਕੌਰ ਇਹ ਜਦੋਂ ਰੋੜੀ ਥੋੜ੍ਹੀ ਜਿਹੀ ਮੇਰੇ ਜੀਜੇ ਹੋਣੀ ਕੋਠੀ ਪਾ ਰਹੇ ਸੀ ਰੋੜੀ ਥੋੜ੍ਹੀ ਜਿਹੀ ਖਿਲਰੀ ਸੀ ਸੜਕਾਂ ਦੇ ਵਿੱਚ ਆਮ ਹੀ ਸਾਡੇ ਪੰਜਾਬ 'ਚ ਜਦੋਂ ਮਕਾਨ ਪੈਂਦੇ ਆ ਕੋਠੇ ਪੈਂਦੇ ਆ ਥੋੜ੍ਹਾ ਬਹੁਤਾ ਮਟੀਰੀਅਲ ਸਾਨੂੰ ਰੋਡ ਦੇ ਵਿੱਚ ਲਾਉਣਾ ਪੈਂਦਾ ਸਾਈਡਾਂ ਸੂਡਾਂ 'ਤੇ ਉਹ ਥੋੜ੍ਹੀ ਜਿਹੀ ਰੋੜੀ ਲੱਗੀ ਸੀ ਅਤੇ ਇਹਨਾਂ ਦੇ ਘਰ ਕੋਈ ਗੈਸਟ ਆਇਆ ਸੀ ਕਹਿੰਦਾ ਮੇਰੇ ਸਾਲੇ ਦੀ ਇੱਥੋਂ ਗੱਡੀ ਨਹੀਂ ਲੰਘਦੀ ਅਤੇ ਅਸੀਂ ਦੋ ਬੰਦੇ ਦਿਹਾੜੀ 'ਤੇ ਲਾਏ ਸੀ ਇਹਨ ਦੋ ਦਿਨ ਪਹਿਲਾਂ ਉਹ ਦਿਹਾੜੀ ਵਾਲਾ ਬੰਦਾ ਵੀ ਕੁੱਟਿਆ ਰੋਜ਼ ਪੀ ਕੇ ਡੇਲੀ ਸ਼ਰਾਬ ਨਾਲ ਰੱਜ ਕੇ ਆ ਜਾਂਦਾ ਵਾ ਅਤੇ ਕਿਸੇ ਦੀਆਂ ਧੀਆਂ ਭੈਣਾਂ ਨੂੰ ਮਖੌਲ ਕਰਨੇ ਇਹਨਾਂ ਦਾ ਪੇਸ਼ਾ ਵਾ ਗੁਰਦੁਆਰੇ ਜਨਾਨੀ ਦੇ ਚਪੇਟ ਮਾਰੀ ਜਦੋਂ ਉਹਨਾਂ ਨੇ ਮਸਤਾਨ ਸਿੰਘ ਜਦੋਂ ਇਹਨਾਂ ਨੇ ਕਿਹਾ ਵੀ ਰੋੜੀ ਚੁੱਕੋ ਰੋੜੀ ਚੁੱਕਣ ਵਾਸਤੇ ਬੰਦੇ ਲਾਏ ਅਤੇ ਇਹਨੇ ਗਾਲ ਕੱਢਤੀ ਆ ਲਖਵਿੰਦਰ ਸਿੰਘ ਨੇ ਜਦੋਂ ਗਾਲ ਕੱਢੀ ਆ ਤਾਂ ਜੀਜਾ ਮੇਰਾ ਕਹਿੰਦਾ ਯਾਰ ਗਾਲ ਨਾ ਕੱਢੋ ਅਸੀਂ ਰੋੜੀ ਚੁੱਕਦੇ ਲੱਗੇ ਹਾਂ ਅਤੇ ਜੀਜਾ ਮੇਰਾ ਹੱਥ ਹੀ ਜ਼ੋਰਦਾ ਰਹਿ ਗਿਆ ਇਹ ਤਿੰਨੇ ਜਾਣੇ ਲਾਡੀ ਜਿਹੜਾ ਵਾ ਤੇਜਿੰਦਰ ਸਿੰਘ ਲਾਡੀ ਨੇ ਲਲਕਾਰਾ ਮਾਰਿਆ ਲਖਵਿੰਦਰ ਬਲਵਿੰਦਰ ਕੌਰ ਉਹਦੀ ਘਰ ਦੀ ਨੇ ਲਲਕਾਰਾ ਮਾਰਿਆ ਛੱਡਿਓ ਨਾ ਪ੍ਰਾਣੀ ਰੰਜਸ ਚੱਲ ਰਹੀ ਸੀ ਪ੍ਰਾਣੀ ਰੰਜਸ ਦੇ ਕਾਰਨ ਸਾਡਾ ਕਤਲ ਕਰ ਦਿੱਤਾ ਪ੍ਰਸ਼ਾਸਨ ਕੋ ਇਹੋ ਮੰਗ ਕਰਦੇ ਹਾਂ ਅਸੀਂ ਸਵੇਰ ਦੇ ਇੱਥੇ ਭੁੱਖਣ ਭਾਣੇ ਸਾਡੀਆਂ ਬੀਬੀਆਂ ਭੈਣਾਂ ਭਰਾ ਸਾਰੇ ਇਕੱਠੇ ਕੋਈ ਕਿਸੇ ਨੇ ਰੋਟੀ ਲੋਥ ਸਾਡੀ ਉੱਥੇ ਹਸਪਤਾਲ 'ਚ ਪਈ ਆ ਪ੍ਰਸ਼ਾਸਨ ਕੋ ਮੰਗ ਕਰ ਰਹੇ ਹਾਂ ਵੀ ਪਰਚਾ ਕਰੋ 302 ਦਾ ਮੁਲਾਜ਼ਮ ਜਿਹੜੇ ਮਰੀਜ਼ ਦੇ ਸੱਟ ਨਹੀਂ ਲੱਗੀ ਬੰਦਾ ਮਰਿਆ ਸੱਟ ਨਹੀਂ ਲੱਗੀ ਅਸੀਂ ਕਹਿੰਦੇ ਹਾਂ 302 ਦਾ ਪਰਚਾ ਲਾਓ ਉਹ ਕਹਿੰਦੇ ਸੱਟ ਨਹੀਂ ਲੱਭ ਰਹੀ ਅਸੀਂ ਸਰ ਬੰਦਾ ਕਿੱਦਾਂ ਮਰ ਗਿਆ ਇਹ ਪ੍ਰਸ਼ਾਸਨ ਨੇ ਪੁਲਿਸ ਕੀ ਕਹਿ ਰਹੀ ਆ ਵੀ ਸੱਟ ਨਹੀਂ ਲੱਗੀ 304 ਲਾਉਣੀ ਆ ਇੱਕ ASI ਮੋਨਾ ਜਿਹਾ ਉਹ ਬਾਰ ਬਾਰ ਉਹ ਕਹਿੰਦਾ 304 ਲੱਗਣੀ ਆ SHO ਨਾਲ ਗੱਲ ਹੋਈ ਆ ਹੁਣ ਅਸੀਂ ਮੰਗ ਇਹੋ ਕਰਦੇ ਹਾਂ ਜਿੰਨਾ ਚਿਰ ਪੁਲਿਸ 302 ਦਾ ਪਰਚਾ ਕਰਦੀ ਨਹੀਂ ਅਸੀਂ ਉਹਨਾਂ ਜਗ੍ਹਾ ਇੱਥੇ ਬੈਠਾਂਗੇ ਇੱਥੇ ਮਰਾਂਗੇ ਇੱਥੇ ਲੋਥ ਲਿਆਉਣ ਲੱਗੇ ਹਸਪਤਾਲ ਤੋਂ ਜਾ ਕੇ ਇੱਥੇ ਡੈੱਡ ਬਾਡੀ ਲਿਆ ਕੇ ਸ਼ਾਮ ਤੱਕ ਧਰਨਾ ਇਹੋ ਚੱਲੇਗਾ ਜੇ ਸਾਡੀ ਡਿਮਾਂਡ ਜੇ ਸਾਡੀ ਨਾ ਮੰਗ ਪੂਰੀ ਹੋਈ ਅਸੀਂ ਵੱਡਾ ਰੋਡ ਲੜਾਈ ਹੋਈ ਆ ਪਿੰਡ 'ਚ ਅਤੇ ਉੱਥੇ ਬੰਦੇ ਦੀ ਡੈੱਥ ਹੋ ਗਈ ਆ ਅਤੇ ਉਸ ਸੰਬੰਧੀ ਆਏ ਨੇ ਸਾਰੇ ਉਹਨਾਂ ਦੇ ਵਾਰਸ ਇੱਥੇ ਬਿਆਨ ਲਿਖਾ ਰਹੇ ਨੇ ਜੋ ਵੀ ਬਣਦੀ ਕਾਰਵਾਈ ਉਹ ਕਰ ਰਹੇ ਨੇ ਜਿੰਨਾ ਨਾਲ ਲੜਾਈ ਹੋਈ ਆ ਉਹ ਇੱਕ ਪੁਲਿਸ ਡਿਪਾਰਟਮੈਂਟ 'ਚ ਹੈਗਾ ਆ ਨੌਕਰੀ ਕਰਦਾ ਧਰਨੇ ਦੀ ਕੋਈ ਵਜ੍ਹਾ ਨਹੀਂ ਆ ਤੁਹਾਨੂੰ ਕੁਛ ਸ਼ੱਕ ਸੀਗਾ ਕਿ ਅਸੀਂ ਸ਼ਾਇਦ ਕੋਈ ਉਹ ਕਰ ਰਹੇ ਹਾਂ ਧਾਰਾ ਧੂਰਾ ਕੋਈ
चाहते थे कि परचा दो जी जे इन्हों के अकॉर्डिंगली जी धारा उ जो इन्हें बयान लिखाएंगे वह ही कार्रवाई करता जी। अजय बयान लिखा रहे हैं, बयान जो भी बयान लिखाएंगे जो भी उत्ते कार्रवाई बनती करा मैं जी बयान लिखा रहे हैं, जो बयान लिखा देंगे जो बयान लिखाएंगे अकॉर्डिंगली कार्रवाई की। उम्र करीब वो हैगी 60 साल 55-60 साल की हैगी। इन्हों का आमो सामने घर से उन्हें घर ढाया है तो मलबे तो चुकन तो लड़ाई। भारत में पहली बार शुद्ध जल लंगर सेवा शुरू। प्योर वाटर हेल्थी लाइफ NGO आस्ट्रेलिया वालों भारत के पिंडां विच हर वर्ग नूं पीण वाला शुद्ध पानी मुहैया करवाउण दी मुहिम। पंजाब दे जिला शहीद भगत सिंह नगर दे पिंड परों मजारा राणुआ तो शुरू। NRI ते दानी सज्जना नूं अपील के आओ देशवासियां नूं पीण वाले पानी तो लगण वालियां 80% बीमारियां जिवें टाइफाइड, पेट गैस, पीलिया, जोड़ां दा दर्द, कब्ज, बुखार ते कैंसर तो बचाइए। सलाह ते सहयोग करन लई संपर्क नंबर परमजीत सिंह राणा पंजाब 70098070-83 अते रघुवीर सिंह आस्ट्रेलिया 042-6769463।